40 ਦਿਨਾਂ ਤੱਕ ਤਖਤ ਸ੍ਰੀ ਹਜ਼ੂਰ ਸਾਹਿਬ 'ਚ ਸਿਹਤਮੰਦ ਰਹੇ ਸ਼ਰਧਾਲੂ ਪੰਜਾਬ ਪਹੁੰਚਦਿਆਂ ਹੀ ਕਿਵੇਂ ਕੋਰੋਨਾ ਪ੍ਰਭਾਵਿਤ ਹੋ ਗਏ? ਇਹ ਸਵਾਲ ਹਰ ਜ਼ੁਬਾਨ ਤੇ ਹੈ ਪਰ ਜਵਾਬ ਵੱਖੋ ਵੱਖ ਹਨ। ਪਰ ਇਸ ਦੌਰਾਨ ਇੱਕ ਵੱਡਾ ਖੁਲਾਸਾ ਇਹ ਹੋਇਆ ਹੈ, ਇਹਨਾਂ ਸ਼ਰਧਾਲੂਆਂ ਦੇ ਨਾਲ ਮਹਾਰਾਸ਼ਟਰ ਵਿੱਚ ਫਸੇ ਕੁਝ ਮਜ਼ਦੂਰ ਅਤੇ ਫੈਕਟਰੀ ਵਰਕਰ ਵੀ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀਆਂ ਕੋਸ਼ਿਸ਼ਾਂ ਸਦਕਾ ਪਹਿਲਾਂ ਨਦੇੜ ਪਹੁੰਚੇ ਤੇ ਫਿਰ ਸਿੱਖ ਸ਼ਰਧਾਲੂਆਂ ਦੇ ਨਾਲ ਹੀ ਪੰਜਾਬ ਆਏ। ਇਹ ਸਭ ਬਲਾਚੌਰ ਨਾਲ ਸੰਬੰਧਿਤ ਇੱਕ ਅਕਾਲੀ ਆਗੂ ਬ੍ਰਿਗੇਡੀਅਰ ਰਾਜ ਕੁਮਾਰ ਖੁਦ ਕਬੂਲ ਰਿਹਾ ਹੈ। ਕਾਟਨ ਫੈਕਟਰੀ ਦੇ ਮਜ਼ਦੂਰ ਪਹਿਲਾਂ ਹਜ਼ੂਰ ਸਾਹਿਬ ਪਹੁੰਚਾਏ ਗਏ, ਜਿਸ ਦੀ ਗਵਾਹੀ ਇਹ ਸਿਆਸਤਦਾਨ ਬ੍ਰਿਗੇਡੀਅਰ ਰਾਜ ਕੁਮਾਰ ਦੀ ਇੱਕ ਪੋਸਟ ਪਰ ਰਹੀ ਹੈ ਜੋ 23 ਅਪ੍ਰੈਲ ਨੂੰ ਫੇਸਬੁੱਕ ਉੱਪਰ ਉਸਨੇ ਪਾਈ ਸੀ। ਇਹ ਬ੍ਰਿਗੇਡੀਅਰ ਰਾਜ ਕੁਮਾਰ ਇਹ ਵੀ ਕਬੂਲ ਰਿਹਾ ਹੈ ਕਿ ਉੱਥੇ ਪਹਿਲਾਂ ਹੀ ਕੁਝ ਮਜ਼ਦੂਰ ਪਹੁੰਚ ਚੁੱਕੇ ਸਨ। ਮਤਲਬ 23 ਅਪ੍ਰੈਲ ਤੱਕ ਬਹੁਤ ਸਾਰੀ ਪੰਜਾਬ ਲੇਬਰ ਮਹਾਰਾਸ਼ਟਰ ਦੇ ਕਈ ਹਿੱਸਿਆਂ ਤੋਂ ਹਜ਼ੂਰ ਸਾਹਿਬ 'ਚ ਪਹੁੰਚੀ, ਇਹਨਾਂ ਸ਼ਰਧਾਲੂਆਂ ਦੇ ਸੰਪਰਕ ਵਿੱਚ ਆਈ। ਉਹ ਪੋਸਟ ਵਿੱਚ ਲਿਖਦਾ ਹੈ ਕਿ ਸਾਰੀ ਲੇਬਰ ਜੋ ਮਹਾਰਾਸ਼ਟਰ ਦੇ ਵੱਖ ਵੱਖ ਹਿੱਸਿਆਂ 'ਚ ਫਸੀ ਹੈ ਉਹ ਛੇਤੀ ਤੋਂ ਛੇਤੀ ਨਦੇੜ ਪਹੁੰਚੇ। ਮੇਰੀ ਗੱਲ ਹੋ ਚੁੱਕੀ ਹੈ, ਜਲਦੀ ਪੰਜਾਬ ਪਹੁੰਚਾਉਣ ਦਾ ਬੰਦੋਬਸਤ ਹੋ ਰਿਹਾ ਹੈ। ਨਦੇੜ ਸਾਹਿਬ ਜਾਣ ਲਈ ਕਿਸੇ ਨੂੰ ਕੋਈ ਦਿੱਕਤ ਹੋਵੇ ਤਾਂ ਮੇਰੇ ਨਾਲ ਸੰਪਰਕ ਸਾਧਨ। ਬ੍ਰਿਗੇਡੀਅਰ ਰਾਜ ਕੁਮਾਰ ਦਾ ਕਹਿਣਾ ਹੈ ਕਿ 60 ਦੇ ਕਰੀਬ ਲੇਬਰ ਵਾਲੇ ਉੱਥੇ ਪਹੁੰਚੇ। ਉਸਦੀ ਪੋਸਟ ਵਿੱਚੋਂ ਖੁਦ ਕਬੂਲ ਰਿਹਾ ਹੈ ਕਿ 23 ਤਰੀਕ ਤੱਕ ਕਈ ਸਾਥੀ ਨਦੇੜ ਪਹੁੰਚ ਚੁੱਕੇ ਸਨ। ਬ੍ਰਿਗੇਡੀਅਰ ਰਾਜ ਕੁਮਾਰ ਜੋ ਕਿ ਬਲਾਚੌਰ ਵਿੱਚ ਸਿਆਸੀ ਤੌਰ ਤੇ ਸਰਗਰਮ ਹੈ, ਸ਼੍ਰੋਮਣੀ ਅਕਾਲੀ ਦਲ ਦਾ ਹਲਕਾ ਇੰਚਾਰਜ ਦੱਸਿਆ ਜਾ ਰਿਹਾ ਹੈ, ਉਸਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਚਿੱਠੀ ਵੀ ਲਿਖੀ, ਜਿਸ ਵਿੱਚ ਉਹਨਾਂ ਦੇ ਉਦਮ ਨਾਲ ਉੱਥੇ ਫਸੀ ਲੇਬਰ ਨੂੰ ਹਜ਼ੂਰ ਸਾਹਿਬ ਪਹੁੰਚਾਉਣ ਅਤੇ ਉਤੋਂ ਵਾਪਸ ਲਿਆਉਣ ਲਈ ਉਹਨਾਂ ਦਾ ਧੰਨਵਾਦ ਕਰ ਰਿਹਾ ਹੈ। ਇੱਥੇ ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਬ੍ਰਿਗੇਡੀਅਰ ਰਾਜ ਕੁਮਾਰ ਨੇ ਇਹ ਲੈਟਰ 24 ਅਪ੍ਰੈਲ ਨੂੰ ਲਿਖਿਆ। ਸਿੱਖ ਯਾਤਰੀ ਵੀ ਦੱਸ ਰਹੇ ਹਨ ਕਿ ਉਹਨਾਂ ਦੀ ਪੰਜਾਬ ਵਾਪਸੀ ਤੋਂ ਪਹਿਲਾਂ ਕੁਝ ਲੋਕ ਨਦੇੜ ਉਹਨਾਂ ਕੋਲ ਪਹੁੰਚੇ ਸਨ। ਉਹਨਾਂ ਦਾ ਕਹਿਣਾ ਹੈ ਕਿ ਲੇਬਰ ਦੇ ਕੁਝ ਪੰਜਾਬੀ ਮੂਲ ਦੇ ਲੋਕ ਉਹਨਾਂ ਨਾਲ ਹਜ਼ੂਰ ਸਾਹਿਬ ਪਹੁੰਚੇ ਅਤੇ ਫਿਰ ਉਹਨਾਂ ਦੇ ਨਾਲ ਪੰਜਾਬ ਆਏ। ਸੋ ਇਹ ਤੱਥ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਤਾਂ ਇਸ ਦਰਮਿਆਨ ਪੰਜਾਬ ਸਰਕਾਰ ਦੀ ਦਲੀਲ ਹੈ ਕਿ ਸ਼ਰਧਾਲੂ ਉੱਥੇ ਪਹਿਲਾਂ ਹੀ ਪ੍ਰਭਾਵਿਤ ਹੋ ਚੁੱਕੇ ਸਨ, ਜਦਕਿ ਮਹਾਰਾਸ਼ਟਰ ਸਰਕਾਰ ਅਤੇ ਗੁਰਦੁਆਰਾ ਮੈਨੇਜਮੈਂਟ ਦੀ ਦਲੀਲ ਹੈ ਕਿ ਸ਼ਰਧਾਲੂ ਇੱਥੋਂ ਪੂਰੀ ਤਰ੍ਹਾਂ ਤੰਦਰੁਸਤ ਤੁਰੇ। ਸਭ ਦੇ 3-3 ਵਾਰ ਮੈਡੀਕਲ ਟੈਸਟ ਹੋਏ। ਜਦੋਂ ਸ਼ਰਧਾਲੂਆਂ ਨੂੰ ਪਤਾ ਲੱਗਾ ਕਿ ਇਹ ਪੰਜਾਬ ਦੇ ਘਿਓ ਦੇ ਬੱਸਾਂ ਆਉਣੀਆਂ ਨੇ, ਪੰਜਾਬ ਵਿੱਚ ਬੱਸ ਸੰਗਤ ਨੇ ਜਾਣਾ ਹੈ ਅਤੇ ਆਸਿਆਂ ਪਾਸਿਆਂ ਤੋਂ ਫੈਕਟਰੀਆਂ ਵਾਲੇ ਜਿਹੜੇ ਲੋਕ ਸੀਗੇ, ਮੁੰਡੇ ਸੀਗੇ, ਉਹ ਆ ਕੇ ਸਾਡੇ ਵਿੱਚ ਰਲੇ ਨੇ, ਜਿਹੜੇ ਉਹ ਕਰੋਨਾ ਦੇ ਮਰੀਜ਼ ਹੋ ਸਕਦੇ ਆ। ਜਦੋਂ ਸਾਨੂੰ ਸੱਚਖੰਡ ਦੇ ਵਿੱਚ ਰੋਜ਼ ਸਾਡਾ ਥਰਮਲ ਹੁੰਦਾ ਸੀ, ਸਾਨੂੰ ਉਦੋਂ ਵੀ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਸੀ ਕਿ ਇਹਨਾਂ ਨੂੰ ਕਰੋਨਾ ਵਾ, ਸਾਨੂੰ ਉਦੋਂ ਵੀ ਹੋਇਆ। 3 ਵਾਰਾਂ ਲੰਗਰ ਸਾਹਿਬ ਦੇ ਵਿੱਚ ਸਾਡੇ ਟੈਸਟ ਹੋਏ ਨੇ, ਉਦੋਂ ਵੀ ਸਾਨੂੰ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਇਹਨਾਂ ਨੂੰ ਹੈਗਾ ਹੈ। ਸਾਡੇ ਉੱਥੇ ਸ਼ਰਧਾਲੂਆਂ ਨੂੰ ਕਿਸੇ ਨੂੰ ਕਰੋਨਾ ਨਹੀਂ ਸੀ ਹੈਗਾ। 22 ਤਰੀਕ ਨੂੰ ਇੱਥੇ ਬੱਸਾਂ ਆਈਆਂ ਪੰਜਾਬ ਤੋਂ, ਪੰਜਾਬ ਸਰਕਾਰ ਨੇ ਭੇਜੀਆਂ ਨੇ, ਉਹ ਸਾਰੀ ਸੰਗਤ ਨੂੰ ਇੱਥੋਂ ਲੈ ਕੇ ਗਏ ਨੇ। ਇੱਥੇ ਸਾਡੇ ਕੋਲ ਗੁਰੂ ਕੀ ਸੰਗਤ ਅੰਦਾਜ਼ਾ 1.25 ਮਹੀਨਾ, 1.5 ਮਹੀਨਾ ਗੁਰੂ ਕੀ ਸੰਗਤ ਸਾਡੇ ਕੋਲ ਰਹੀ ਹੈ। ਇੱਥੇ 3 ਵਾਰਾਂ ਗੁਰੂ ਕੀ ਸੰਗਤ ਦੀ ਚੈੱਕਅਪ ਹੋਈ ਆ। ਵੈਸੇ ਤਾਂ ਰੋਜ਼ ਹੀ ਚੈੱਕਅਪ ਹੁੰਦੀ ਸੀ, ਜਦੋਂ ਤਖ਼ਤ ਸੱਚਖੰਡ ਸਾਹਿਬ ਮੱਥਾ ਟੇਕਣ ਜਾਂਦੇ ਸੀ ਗੇਟ 'ਤੇ, ਉੱਥੇ ਸਾਰਿਆਂ ਦੀ, ਸ਼ਰਧਾਲੂਆਂ ਦੀ ਚੈੱਕਅਪ ਕੀਤੀ ਜਾਂਦੀ ਸੀ, ਕਿਉਂਕਿ 1.5 ਮਹੀਨੇ ਦੇ ਵਿੱਚ ਜਿੰਨੀ ਵੀ ਤਖ਼ਤ ਸੱਚਖੰਡ ਜਾਂ ਗੁਰਦੁਆਰਾ ਲੰਗਰ ਸਾਹਿਬ ਸੰਗਤ ਠਹਿਰੀ ਸੀ, ਇੱਕ ਵੀ ਮਰੀਜ਼ ਉਹਦੇ ਵਿੱਚੋਂ ਨਹੀਂ ਨਿਕਲਿਆ। ਜਦੋਂ ਮੰਨ ਲਓ ਪੰਜਾਬ ਗਈ ਆ, ਜੇ ਮੰਨ ਲਓ ਕੋਈ ਉਹਨਾਂ ਦੇ ਵਿੱਚੋਂ ਡਾਕਟਰ ਕਹਿ ਰਹੇ ਆ ਵੀ 1 ਜਾਂ 2 ਮਰੀਜ਼ ਮਿਲ ਰਹੇ ਆ, ਅਤੇ ਗੁਰੂ ਕੀ ਸੰਗਤ 'ਤੇ ਛੂਤ ਦੀ ਮਾਰੀ ਆ, ਜੇ ਇੱਕ ਬੱਸ ਦੇ ਵਿੱਚੋਂ ਕੋਈ ਇੱਕ ਬੰਦਾ ਕੱਢ ਰਹੇ ਆ ਅਤੇ ਜਿਹੜੇ 40 ਬੰਦੇ ਦੂਜੇ ਬੈਠੇ ਉਹਨਾਂ ਨੂੰ ਕਿਉਂ ਨਹੀਂ ਹੋਇਆ? ਉਹ ਕੀ ਕਾਰਨ ਵੀ ਸਾਰੀ ਸੰਗਤ ਬਾਕੀ ਸੇਫ ਆ, ਇੱਕ ਨੂੰ ਕਿਉਂ ਹੋਇਆ? ਕਹਿਣ ਤੋਂ ਭਾਵ ਕਿ ਇਹ ਬਿਲਕੁਲ ਹੀ ਸਾਰੀ ਸੰਗਤ ਕਰੋਨਾ ਵਾਇਰਸ ਦੀ ਬਿਮਾਰੀ ਇਹਨਾਂ ਨੂੰ ਨਹੀਂ, ਔਰ ਸਾਰੀ ਚੜ੍ਹਦੀ ਕਲਾ ਦੇ ਵਿੱਚ ਆ। ਔਰ ਅਸੀਂ ਤਾਂ ਇਹੋ ਹੀ ਸਰਕਾਰ ਨੂੰ ਵੀ ਅਪੀਲ ਕਰਾਂਗੇ ਕਿ ਜਿੱਥੇ ਜਿੱਥੇ ਗੁਰੂ ਘਰ ਆ, ਤੁਸੀਂ ਆਪਣਾ ਪ੍ਰੋਸੀਜਰ ਪੂਰਾ ਕਰਨਾ ਅਤੇ ਉਹਨਾਂ ਨੂੰ ਗੁਰੂ ਘਰਾਂ ਦੇ ਵਿੱਚ ਰੱਖੋ, ਡੇਰਿਆਂ ਦੇ ਵਿੱਚ ਨਾ ਰੱਖੋ। ਹੁਣ ਇਸ ਮੁੱਦੇ ਤੇ ਪੰਜਾਬ ਅਤੇ ਮਹਾਰਾਸ਼ਟਰ ਦੀ ਕਾਂਗਰਸ ਲੀਡਰਸ਼ਿਪ ਦੇ ਹੀ ਸਿੰਘ ਫਸਣ ਲੱਗੇ ਹਨ। ਮਹਾਰਾਸ਼ਟਰ ਤੋਂ ਕਾਂਗਰਸ ਦੇ ਕੱਦਾਵਰ ਆਗੂ ਅਤੇ ਕੇਂਦਰੀ ਮੰਤਰੀ ਅਸ਼ੋਕ ਚੌਹਾਨ ਦੀ ਰਾਏ ਹੈ ਕਿ ਸਿੱਖ ਸ਼ਰਧਾਲੂ ਇੱਥੋਂ ਬਿਲਕੁਲ ਤੰਦਰੁਸਤ ਗਏ ਹਨ ਅਤੇ ਰਾਹ ਵਿੱਚ ਹੀ ਪੰਜਾਬ ਸਰਕਾਰ ਵੱਲੋਂ ਭੇਜੀਆਂ ਬੱਸਾਂ ਦੇ ਡਰਾਈਵਰਾਂ ਦੇ ਸੰਪਰਕ ਵਿੱਚ ਆਉਣ ਨਾਲ ਪ੍ਰਭਾਵਿਤ ਹੋਏ ਹਨ। ਉਹਨਾਂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਹੁਣ ਗੁਰਦੁਆਰਾ ਲੰਗਰ ਸਾਹਿਬ ਵਿੱਚ 20 ਦੇ ਕਰੀਬ ਸੇਵਾਦਾਰ ਕਰੋਨਾ ਪੋਜ਼ਿਟਿਵ ਪਾਏ ਗਏ ਹਨ, ਸੋ ਇਹ ਵੀ ਪੰਜਾਬ ਤੋਂ ਆਏ ਡਰਾਈਵਰਾਂ ਦੇ ਸੰਪਰਕ ਵਿੱਚ ਆਏ ਹੋ ਸਕਦੇ ਹਨ। ਚੌਹਾਨ ਦਾ ਕਹਿਣਾ ਹੈ ਕਿ ਕਰੀਬ 78 ਬੱਸਾਂ ਪੰਜਾਬ ਤੋਂ, 2 ਡਰਾਈਵਰ ਹਰ ਬੱਸ ਸਮੇਤ 26
अप्रैल नंदेड़ पहुंचे सन। ड्राइवर इतने दो दिन रहे, उतो लंगर हाल चो ही लंगर छकते रहे। हो सकता है कि वह महामारी अपने नाल लैके आए हो, क्योंकि पहला उत्थे अजिहा कोई मामला नहीं सी। अपनी ही पार्टी के सीनियर आगू अशोक चौहान के इस बयान से पंजाब की ट्रांसपोर्ट मंत्री रजिया सुल्ताना ने ठोक के जवाब दिता है। इस गुमराह करने वाला तथ्यहीन दसिया है। रजिया सुल्ताना का कहना है कि जिम्मेवार संवैधानिक अहदे ते बैठा एक शख्स किहो जिहा गैर जिम्मेवाराना बयान दे रहा है। सुल्ताना का कहना है कि श्रद्धालुओं का पहला पड़ा जो पंजाब पुजा उस 31 वहीकल सन, 20 बसा, 11 टेंपू ट्रैवल सन। 860 श्रद्धालु लैके पंजाब पहुंचे सन, ये सारे महाराष्ट्र के सन। बाकी इस तो पहला भी नंदेड़ तो ही प्राइवेट व्हीकल राही श्रद्धालु पंजाब पहुंचे। 23 और 24 अप्रैल नूं पंजाब पहुंचे। हुण दा कहना है कि पंजाब तो 25 अप्रैल नूं रवाना होईयां बसा 23 अप्रैल की सवेर नूं उत्थे पहुंचियां, उत्थे 27 अप्रैल नूं शाम नूं रवाना होईयां ते 29 और 30 अप्रैल नूं पंजाब पहुंचियां। हुण दा कहना है कि सरकार वल्लों भेजियां बसा तो पहला ही कुछ प्राइवेट व्हीकल श्रद्धालुआं नूं लैके पंजाब पहुंच चुके सन। ਤਾਂ ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ। ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕੋਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕੋਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਬੱਚਿਆਂ ਦੇ ਵੀਜ਼ਾ, LORs, SOP 'ਚ ਹੈਲਪ ਕਰਦੇ ਹਾਂ ਅਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ ਏਅਰਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।